दोस्तों आज असी गलबात करांगे एनआरआई दीआं कुछ समस्यावां दे मुतल्लक। बहुत सारे दर्शक वह होणगे जिहड़े बहुत दहाके पहलां आ के वस गए, जिहड़ा आ गया वापस तां जांदा नहीं जांदा, उहनां दे उत्थे जमीनां दे जायदादां दे झगड़े चली जांदे आ जी। तुहाडा न्यू सोल्यूशन उहनां वास्ते की कुछ करदा जी? ਇਹਦਾ ਮਕਸਦ ਹੀ ਵੈਸੇ ਇੱਥੋਂ ਹੀ ਪੈਦਾ ਹੋਇਆ ਸੀਗਾ ਵੀ ਮੇਰੀ ਕਮਿਊਨਿਟੀ ਨੂੰ ਲੋੜ ਕੀ ਹੈ, ਕੋਈ ਵੀ ਮਸਲਾ ਉਹ 'ਚ ਆ ਜਾਏ ਅਤੇ ਉਹਦਾ ਹੱਲ ਕਿੱਦਾਂ ਨਿਕਲਿਆ ਜਾਵੇ ਅਤੇ ਕੈਨੇਡਾ ਬੈਠੇ ਤਾਂ ਉਹ ਕਿਸ ਤਰ੍ਹਾਂ ਹੱਲ ਹੋ ਸਕਦਾ, ਅਤੇ ਇਹ ਜਿਹੜੀਆਂ ਸੇਵਾਵਾਂ ਆਪਾਂ ਆਪਣੇ ਭਾਈਚਾਰੇ ਨੂੰ ਦਿੰਦੇ ਹਾਂ। ਪੇਪਰ ਵਰਕ ਦੇ ਵਿੱਚ ਅਸੀਂ ਇੰਨੇ ਕੁ ਕੱਚੇ ਹਾਂ, ਢਿੱਲੇ ਹਾਂ ਜੀ, ਨੈਕਸਟ ਇਜ਼ ਟੂ ਨਥਿੰਗ ਆ। ਕੁਛ ਵੀ ਕਰਦੇ ਹਾਂ ਮੂੰਹ, ਹਾਂ ਮੂੰਹ ਜਵਾਨੀ ਕਰਕੇ, ਹਾਂਜੀ ਹਾਂਜੀ ਹਾਂਜੀ, ਚਲੋ ਜੀ ਠੀਕ ਆ, ਹੋ ਗਿਆ ਹੋ ਗਿਆ। ਜੇ ਤੁਹਾਡੀ ਜਾਇਦਾਦ ਹੈ ਤਾਂ ਆਪਣੇ ਬੱਚਿਆਂ ਨੂੰ ਅਪਡੇਟ ਰੱਖੋ, ਐਟਲੀਸਟ ਉਹਨਾਂ ਦੇ ਕੋਲ ਲਿਖ ਕੇ ਕਿਤੇ ਰੱਖੋ ਵੀ ਆਹ ਸਾਡੀਆਂ ਜ਼ਮੀਨਾਂ ਐਸ ਐਸ ਥਾਂ 'ਤੇ ਨੇ। ਆ ਉਹ ਬੜਾ ਮਸਲਾ ਆਉਂਦਾ ਆ ਕਿ ਜਿੰਨੇ ਤੁਹਾਡੇ ਕੋਲ ਮਸਲੇ ਆਉਂਦੇ ਆ ਕਿ ਬੇਗਾਨਿਆਂ ਦੇ ਜ਼ਿਆਦਾ ਆਉਂਦੇ ਆ ਜਾਂ ਆਪਣਿਆਂ ਦੇ ਜ਼ਿਆਦਾ ਆਉਂਦੇ ਆ? ਇਹਦੇ 90% ਹੋਣੇ ਆ ਘਰਾਂ ਦੇ, ਘਰਾਂ 'ਚ ਹੀ ਰੌਲੇ ਨੇ, ਪਰ ਜਿਹੜਾ ਜ਼ਮੀਨ ਵੰਡ ਵਡਾਈ ਦਾ ਰੌਲਾ, ਹਾਲੇ ਦਾ ਰੌਲਾ, ਮੋਟਰਾਂ ਦੇ ਰੌਲੇ, ਇਹ ਤਾਂ ਸਾਡੇ ਆਪਸ ਵਿੱਚ ਹੀ ਘਰਾਂ ਦੇ ਹੀ ਨੇ, ਭੈਣਾਂ ਭਰਾਵਾਂ ਦੇ ਵਿੱਚ ਹੀ ਨੇ, ਤਾਇਆਂ ਚਾਚਿਆਂ ਦੇ ਵਿੱਚ ਹੀ ਨੇ। ਜੇ ਤੁਹਾਨੂੰ ਆਪਣੀ ਜਾਇਦਾਦ ਦਾ ਪਤਾ ਨਹੀਂ ਕਿੱਥੇ ਆ, ਜੇ ਤੁਹਾਨੂੰ ਇਹ ਨਹੀਂ ਪਤਾ ਵੀ ਕਿੰਨੀ ਆ, ਜਾਂ ਤੁਹਾਨੂੰ ਇਹ ਨਹੀਂ ਪਤਾ ਵੀ ਕਿੰਨੇ ਕੁ ਦੀ ਹੈ, ਉਹਦੇ ਲਈ ਤੁਸੀਂ ਸਾਡੇ 604-580-1000 'ਤੇ ਫੋਨ ਕਰ ਲਓ, ਇਹ ਸਰਵਿਸ ਫਰੀ ਨੇ। ਤੁਸੀਂ ਜਦੋਂ ਜਾਇਦਾਦ ਵੇਚਣੀ ਚਾਹੁੰਦੇ ਹੋ, ਤੁਸੀਂ ਸਾਡੇ ਕੋਲ ਆਉਂਦੇ ਹੋ, ਅਸੀਂ ਵੈਲੂਏਸ਼ਨ ਤੁਹਾਡੀ ਫਰੀ ਕਰ ਦਿੰਦੇ ਹਾਂ। ਫਿਰ ਜੇ ਤੁਸੀਂ ਐਗਰੀ ਹੁੰਦੇ ਹਾਂ ਆਪਾਂ ਕਿਸੇ ਨਾ ਕਿਤੇ ਜਾ ਕੇ, ਜੇ ਕੋਈ ਚੀਜ਼ 20 ਲੱਖ ਨੂੰ ਕਿੱਲਾ ਆ ਅਤੇ ਤੁਸੀਂ 22 ਤਾਂ ਕਹਿ ਦਿਓਗੇ ਜੀ, ਉਹਦਾ 30 ਮੰਗੋਗੇ ਤਾਂ ਮੈਂ ਜਵਾਬ ਦੇ ਦਾਂਗਾ। ਸਾਂਝਾ ਟੀਵੀ ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਦੋਸਤੋ ਅੱਜ ਦੇ ਵਿਸ਼ੇਸ਼ ਪ੍ਰੋਗਰਾਮ ਵਿੱਚ ਤੁਹਾਡਾ ਸਭਨਾਂ ਦਾ ਨਿੱਘਾ ਸਵਾਗਤ। ਦੋਸਤੋ ਅੱਜ ਅਸੀਂ ਗੱਲਬਾਤ ਕਰਾਂਗੇ ਐਨਆਰਆਈ ਦੀਆਂ ਕੁਝ ਸਮੱਸਿਆਵਾਂ ਦੇ ਮੁਤਲਕ। ਨਿਊ ਸੋਲਿਊਸ਼ਨ ਤੋਂ ਸਾਡੇ ਭਾਈਚਾਰੇ ਦੀ ਜਾਣੀ ਪਹਿਚਾਣੀ ਸ਼ਖਸੀਅਤ ਅਤੇ ਉੱਘੇ ਬਿਜ਼ਨਸਮੈਨ ਸੁਖੀ ਬਾੜਸਾ ਪ੍ਰੋਗਰਾਮ ਦੌਰਾਨ ਮਹਿਮਾਨ ਦੇ ਤੌਰ 'ਤੇ ਸ਼ਿਰਕਤ ਕਰ ਰਹੇ ਨੇ। ਅਸੀਂ ਕੈਨੇਡਾ ਵਿੱਚ ਆ ਕੇ ਵੱਸ ਗਏ ਹਾਂ ਜਾਂ ਦੁਨੀਆ ਦੇ ਕਿਸੇ ਹੋਰ ਮੁਲਕ ਵਿੱਚ ਚਲੇ ਗਏ ਹਾਂ, ਸਾਡੀਆਂ ਜ਼ਮੀਨਾਂ, ਸਾਡੀਆਂ ਜਾਇਦਾਦਾਂ ਸਾਡੇ ਉਸ ਹੀ ਮੁਲਕ ਵਿੱਚ ਆਪਣੀ ਪ੍ਰਦੇਸ਼ ਦੇ ਵਿੱਚ ਪਈਆਂ ਨੇ, ਉਹਨਾਂ ਦਾ ਹੱਲ ਹੀਲਾ ਕਿਵੇਂ ਕੀਤਾ ਜਾ ਸਕੇ? ਕੁਝ ਇੱਕ ਲੋਕਾਂ ਦੇ ਮੁਕੱਦਮੇ ਚੱਲਣ ਲੱਗ ਪੈਂਦੇ ਆ, ਕੁਝ ਇੱਕ ਲੋਕਾਂ ਨੇ ਦੱਬ ਲਈਆਂ ਨੇ, ਜਾਂ ਕੁਝ ਕਿਸੇ ਨੂੰ ਕਿਰਾਏ 'ਤੇ ਦਿੱਤੀਆਂ ਹੋਈਆਂ, ਉਹਨਾਂ ਦੀਆਂ ਨੀਤਾਂ ਫਿੱਟ ਗਈਆਂ ਨੇ। ਸੋ ਇਹ ਬਹੁਤ ਸਾਰੇ ਪੇਚੀਦਾ ਜਿਹੇ ਮਸਲੇ ਹੈ, ਇਹਨਾਂ ਦੇ ਉੱਤੇ ਕੋਸ਼ਿਸ਼ ਕਰਾਂਗੇ ਕਿ ਬਾੜ ਸਾਹਿਬ ਦੀ ਰਾਏ ਲਈ ਜਾਵੇ, ਉਹਨਾਂ ਤੋਂ ਜਾਣਕਾਰੀ ਲਈ ਜਾਵੇ। ਆਓ ਸਭ ਤੋਂ ਪਹਿਲਾਂ ਬਾੜ ਸਾਹਿਬ ਦਾ ਸਵਾਗਤ ਕਰਦੇ ਹਾਂ। ਬਾੜ ਸਾਹਿਬ ਜੀ ਸਤਿ ਸ਼੍ਰੀ ਅਕਾਲ ਜੀ। ਦਵਿੰਦਰ, ਸਭ ਤੋਂ ਪਹਿਲਾਂ ਤੁਹਾਨੂੰ ਅਤੇ ਸਾਰੇ ਢੇਰ ਸਾਰੇ ਜਿੰਨੇ ਦਰਸ਼ਕ ਨੇ ਸਾਰਿਆਂ ਨੂੰ ਬਹੁਤ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ ਜੀ। ਬਾੜ ਸਾਹਿਬ, ਨਿਊ ਸੋਲਿਊਸ਼ਨ ਦਾ ਨਾਮ ਅਸੀਂ ਅਕਸਰ ਸੁਣਦੇ ਹਾਂ ਜੀ, ਆਪਣੇ ਆਪ ਦੇ ਵਿੱਚ ਹੀ ਇੱਕ ਨਾਂ ਹੀ ਇਸ ਤਰ੍ਹਾਂ ਦਾ। ਹਾਂਜੀ, ਪਰ ਬਹੁਤ ਸਾਰੇ ਦਰਸ਼ਕ ਉਹ ਹੋਣਗੇ ਜਿਹੜੇ ਬਹੁਤ ਦਹਾਕੇ ਪਹਿਲਾਂ ਆ ਕੇ ਵੱਸ ਗਏ ਜੀ, ਕਈ ਸਾਲਾਂ ਪਹਿਲਾਂ ਆ ਕੇ ਵੱਸ ਗਏ ਜੀ। ਹੁੰਦਾ ਸੀ ਕਿ ਜ਼ਮੀਨ ਜਾਇਦਾਦ ਇੱਥੇ ਹੀ ਰਹਿਣੀ ਹੈ, ਅਸੀਂ 5-10-20 ਸਾਲ ਕਮਾਈ ਕਰਾਂਗੇ, ਵਾਪਸ ਆਵਾਂਗੇ ਜੀ, ਜਿਹੜਾ ਆ ਗਿਆ ਵਾਪਸ ਤਾਂ ਜਾਂਦਾ ਨਹੀਂ ਜਾਂਦਾ ਨਹੀਂ। ਉਹਨਾਂ ਦੇ ਉੱਥੇ ਜ਼ਮੀਨਾਂ ਦੇ ਜਾਇਦਾਦਾਂ ਦੇ ਝਗੜੇ ਚੱਲੀ ਜਾਂਦੇ ਆ ਜੀ, ਤੁਹਾਡਾ ਨਿਊ ਸੋਲਿਊਸ਼ਨ ਉਹਨਾਂ ਵਾਸਤੇ ਕੀ ਕੁਛ ਕਰਦਾ ਜੀ? ਹਾਂਜੀ ਦਵਿੰਦਰ, ਵੈਸੇ ਇਹ 10ਵਾਂ ਸਾਲ ਚੱਡ ਗਿਆ ਜਿਹੜਾ ਆਪਾਂ ਇਹ ਨਿਊ ਸੋਲਿਊਸ਼ਨ ਫੋਰ ਐਨਆਰਆਈ ਪ੍ਰੋਪਰਟੀ ਦਾ, ਜੋ ਆਪਾਂ ਪ੍ਰੋਪਰਟੀ ਸੰਬੰਧੀ ਆਪਣੇ ਜਿੰਨੇ ਵੀ ਭਾਈਚਾਰਾ ਕੈਨੇਡਾ, ਅਮੈਰੀਕਾ, ਨੌਰਥ ਅਮੈਰੀਕਾ ਜਾਂ ਆਸਟ੍ਰੇਲੀਆ, ਇੰਗਲੈਂਡ ਤਾਂ ਵੀ ਸਾਡੇ ਕੋਲ ਕਲਾਇੰਟਸ ਨੇ, ਇਹਦਾ ਮਕਸਦ ਵੀ ਵੈਸੇ ਇੱਥੋਂ ਹੀ ਪੈਦਾ ਹੋਇਆ ਸੀਗਾ ਵੀ ਮੇਰੀ ਕਮਿਊਨਿਟੀ ਨੂੰ ਲੋੜ ਕੀ ਹੈ, ਸਾਡਾ ਟਾਈਮ, ਸਾਡੀ ਨੌਲੇਜ ਇੰਨੀ ਨਹੀਂ ਹੁੰਦੀ ਅਤੇ ਸਾਡੀਆਂ ਪ੍ਰੋਪਰਟੀਆਂ ਉੱਥੇ ਪਈਆਂ ਨੇ ਜੀ, ਅਤੇ ਉਹਨਾਂ ਦਾ ਹੱਲ, ਉਹਨਾਂ ਨੂੰ ਕੋਈ ਵੀ ਮਸਲਾ ਉਹ 'ਚ ਆ ਜਾਏ ਅਤੇ ਉਹਦਾ ਹੱਲ ਕਿੱਦਾਂ ਨਿਕਲਿਆ ਜਾਵੇ, ਅਤੇ ਕੈਨੇਡਾ ਬੈਠੇ ਤਾਂ ਉਹ ਕਿਸ ਤਰ੍ਹਾਂ ਹੱਲ ਹੋ ਸਕਦਾ, ਅਤੇ ਇਹ ਜਿਹੜੀਆਂ ਸੇਵਾਵਾਂ ਆਪਾਂ ਆਪਣੇ ਭਾਈਚਾਰੇ ਨੂੰ ਦਿੰਦੇ ਹਾਂ। ਬਹੁਤੀ ਵਾਰੀ ਇਹ ਜਿਹੜੇ ਆ ਪ੍ਰੋਪਰਟੀਜ਼ ਦੇ, ਮੈਂ ਸ਼ੁਰੂਆਤ 'ਚ ਇਹ ਗੱਲ ਕਹਿੰਦਾ ਕਿ ਬਹੁਤੀ ਜਿੰਨੇ ਕੁ ਸਾਡੇ ਕੋਲ ਕੇਸ ਆਉਂਦੇ ਨੇ ਜਦੋਂ ਸਾਰੀ ਗੱਲਬਾਤ ਸੁਣਦੇ ਹਾਂ, ਅਸਲ 'ਚ ਕਸੂਰਵਾਰ ਅਸੀਂ ਖੁਦ ਹੁੰਦੇ ਹਾਂ, ਕਿਉਂ ਅਸੀਂ ਆਪਣੀ, ਫੋਰ ਐਗਜ਼ਾਮਪਲ ਮੈਂ ਕੁਇਕ ਦੇ ਦਾਂਗਾ, ਕੋਈ 30 ਸਾਲਾਂ ਤੋਂ ਕੋਈ ਬਾਹਰ ਆਇਆ ਅਤੇ ਇੱਕ ਭਾਈ ਉਹਦਾ ਇੰਡੀਆ ਆਇਆ, ਇੱਕ ਭਾਈ ਇੱਥੇ ਆ ਗਿਆ,
30 साल ना तो कोई लैंड देन होया ना कोई रेंट हाला लिया गया कोई गल भी नहीं हुई ना कोई बंड वडाई हुई तो हम 30 साल बाद सू हो असी अपनी जमीन लै लीए छा लीए बट पा लीए जा बेच लीए थोड़ा डिफिकल्ट हो जाता भी 30 साल तुसी पहला कित्थे सीगे तो इदा दियां दुकाना भी इंजे ने जो किराए ते दित्तियां होईयां कोठियां जिहड़ियां दे आउंदे ने किराए ते उन्होंने भी मसले यही होंदे आ किन्ना किन्ना चेर फिर एक गल जिहड़ी बहुत खास मैं अपने भाईचारे नूं कहना चाहुंदा कैनेडा आ आपां कैनेडा च रहिंदे आ इंग्लैंड रहिंदे आ कितें भी रहिंदे आ टी वी स्टेशन की बहुत दूर ताईं पहुँचे पेपर वर्क दे विच असीं इन्ने क कच्चे आ ढिल्ले आ जी नैक्सी तो नथिंग आ कुछ भी करते हैं मूँ हाँ मूँह जवानी करके हाँ जी हाँ जी हाँ जी चलो जी ठीक आ हो गया हुंदा नहीं गा जे तुसी अपने भाई भरा भी जमीन बाहण दिती हुई है कि उहदे कोलों रेगुलरली जीयरली हाड़ा लिया नहीं जा सकता प्रोपर चैनल दे थ्रू बाद चोदी मदद कर दियो बिल्कुल बिल्कुल असीं ये नहीं कह रहे भरावां तो तुसी खोलो पर उहदा उहनूं कहो मेरे अकाउंट च पैसे रख प्रूफ होवे भी मेरे अकाउंट च मेरे इस बंदे ने पैसे रखे आ सो इदां दे छोटे छोटे जिहड़े स्टैप्स हुंदे ने उह सानूं बड़ी वधिया पोजिशन ते वधिया सेहत ते लै जांदे ने जिते असीं इन्ने अनगौले रहिंदे आ फिर एक दिन असीं जागदे आ ते दूसरा एक दविंदर इहदे विच मैं होर भी जरूरी बहुत समझदा आ कि तुहाडे कोल बहुत सारे क्वेश्चन होणगे मैनूं पता आ जिहड़े मेरी पीढ़ी दे जां मेरे तों भी पहली पीढ़ी दे लोक इत्थे आए होए ने जी जी उन्होंने मैं एक बड़ी हाथ जोड़ के बेनती करदा प्लीज़ अपनी वसीयत बना लो वसीयत बना लो वसीयत बना लो बच्चों जो रब करे सारे दियाँ लम्बी उम्र कोई इदा का हैपन हो जाता बच्चों तो इतने के जमे बच्चे या तीजी जनरेशन बच्चे हो गए ने उन्होंने तो सही अखर च पिंड का नाम ही नहीं लैना आता जिनो बहुती बारी तो ग्रेट गैंपा का नाम ही नहीं याद वह जो असं रैकड वगैरह क्ढने होंगे सानू इन चीज़ों की लोड़ होंगी है पहली तो गल है जो थोड़ी जायदाद है तो अपने बच्चों अपडेट रखो एटलीस्ट उन्होंने को लिख के कितने रखो भी आ साडिया जमीन इस तरह से ने बड़ा मसला आता है तो जोड़ा वसीयत वाला मसला आ कैनेडा च बैठे कैनेडा की वसीयत इंडिया नहीं चलती ये सानू जरूर नोट कर लेना चाहिए जे किसी ने कैनेडा के वसीयत बना के अपने बच्चों के नाँ की रखी हुई है तो इंडिया जाके इंडिया के कौंसल जनरल तो टैस्ट नहीं हुई तो इंडिया जाके कमिश्नर दे डिस्ट्रिक्ट दे कमिश्नर ऑफिस दे विच रजिस्टर्ड नहीं हुई तो वह वसीयत उत्थे चलदी मतलब कोई वैल्यू नहीं उहदी कोई वैल्यू नहीं सो ये दो चीज़ा तो मैं खास कर कहांगा भी अपनी प्रॉपर्टी नूं सांभण लई प्रॉपर पेपर वर्क करो पहला तो दूसरा जिहड़ा ते जे वसीयत अज नहीं लिखी तो उहदा बंदोबस्त करो ये बहुत जरूरी है अच्छा जिस तरह हुण तुसीं दस्सिया कि न्यू सोल्यूशन फॉर NRIs कित्थे कित्थे तक सहूलतां दिंदा तुसीं दस्सिया कि भावें न्यूजीलैंड होवे आस्ट्रेलिया होवे इंग्लैंड होवे नॉर्थ अमेरिका होवे अगला सवाल इहदे चों पैदा यह हुंदा है हुण जिहड़े इन्हां मुल्कां दे विच आके वसे हुए NRIs ने पर उहनां दे जमीना इह तां हो नहीं सकदा कि कल्ले पंजाब च होण हो सकदा हरियाणे च होण जां किसे होर सूबे च होण सारियां थावां ते तुहाडियां सर्विसिज दित्तियां जांदियां ने जी हाँ जी दविंदर जिहड़ा नैक्सट नैचुरली पंजाब ते असीं पहलां ही फोकस कीता सी हुण हरियाणा ते हिमाचल तो नाल दी नाल दिल्ली दिल्ली भी असीं पहलां तो ही वैसे शुरू करदे हां कमर्शियली ज़्यादा जां रेजिडेंशियली एग्रीकल्चर लैंड घट हुंदी है ये जिहड़े चार सूबे इन्हां दे विच नैचुरली पंजाब च असीं हैवी हाँ काफ़ी तो एक एक दो दो जिहड़े साडे एजेंट हैगे साडे दफ्तर ने दूसरे सूबियां दे विच भी हैगे ने तो जिहड़ा कैनेडा वाइज आ कैनेडा वाइज जां वर्ल्ड वाइड जिहड़ा हैगा आस्ट्रेलिया दे विच साडी नुमाइंदगी है इंग्लैंड दे विच साडे नुमाइंदे ने तो इत्थे टोरंटो कैलगरी तो अमेरिका के भी तीन साढ़े नुमाइंदे ने असी कोशिश कर रहे हैं कि सारे पासियां ते इहनूं कवर किया जाए दविंदर वैसे वेरी ओपनली इस बिजनेस पर नाल दी नाल मैं ये भी कहना भी इस इन्नियां क समस्यावां ने मैं तो हरेक बारी इस प्रोग्रामां ते इहनां ते आके कहना हुंदा भी बिजनेस वाले होर दो चार दुकानां खोलो ये मसला इन्नी छेती हल नहीं हुंदा बड़ा औखा काम आ उत्थे दे काम कराउणे जिहड़े तुहानूं पता आ तो वो दे ले इन्ना का घर घर का मसला कि वो उत्तों की हुण जो साडे हालात हो गए ने साडे बच्चे आ रहे ने उत्तों बेच बट के साडे असी जिहड़े इत्थे रह ले आ मेरा ख्याल है जे कैनेडा की मैं मोटा जिहा कह रहा 70% 75% लोग जिहड़े कैनेडा च रह रहे वन वे दी अदर दे थिंकिंग और दे ऑलरेडी मेड देयर माइंड टू सैल देयर प्रॉपर्टीज 100% या पर हुण ये है भी वेचांगे किवें जां सानूं पता ही नहीं यस जिहड़ी गल दा तुसीं जिक्र कीता है कि पहला 30-40 साल पुछे ही नहीं जी
30 40 ਸਾਲਾਂ ਤੋਂ ਬਾਅਦ ਮੇਰਾ ਫੋਨ ਹੀ ਹੈ ਮੈਂ ਤੁਹਾਨੂੰ ਫੜਾ ਕੇ 6 ਮਹੀਨੇ ਬਾਅਦ ਕਹਾਂਗਾ ਮੈਂ ਤਾਂ ਸੋਚੂਗਾ ਸ਼ਾਇਦ ਤੁਸੀਂ ਮੈਨੂੰ ਗਿਫਟ ਹੀ ਕਰ ਦਿੱਤਾ ਸੀ ਗਿਫਟ ਹੀ ਕਰ ਦਿੱਤਾ ਸੀ ਹੁਣ ਭਾਵੇਂ ਇਹ ਹਜ਼ਾਰਾਂ ਦੀ ਚੀਜ਼ ਆ ਉਹ ਕਰੋੜਾਂ ਦੀ ਹੈ ਕਰੋੜਾਂ ਦੀ ਕੋਈ ਵੀ ਬੰਦਾ ਭਾਵੇਂ ਆਪਣਾ ਹੀ ਹੋਵੇ ਪਰ ਮੈਨੂੰ ਹੁਣ ਇਹ ਦੱਸਿਓ ਜਿਹੜੀ ਤੁਸੀਂ ਆ ਗੱਲ ਕੀਤੀ ਹੈ ਕਿ ਜਿੰਨੇ ਤੁਹਾਡੇ ਕੋਲੇ ਮਸਲੇ ਆਉਂਦੇ ਆ ਕੀ ਬਗਾਨਿਆਂ ਦੇ ਜ਼ਿਆਦਾ ਆਉਂਦੇ ਆ ਜਾਂ ਆਪਣਿਆਂ ਦੇ ਜ਼ਿਆਦਾ ਆਉਂਦੇ ਆ ਨਹੀਂ ਦਵਿੰਦਰ ਅਨਫੋਰਚੂਨਟਲੀ ਬਗਾਨਿਆਂ ਨਾਲ ਸਾਡੇ ਰੌਲੇ ਨਹੀਂਗੇ ਅੱਛਾ ਜੀ ਇਹਦੇ 90% ਹੋਣੇ ਆ ਘਰਾਂ ਦੇ ਘਰਾਂ 'ਚ ਹੀ ਰੌਲੇ ਨੇ ਅੱਛਾ ਜੀ ਹਾਂ ਕੋਈ ਕਿਸੇ ਨੇ ਜ਼ਮੀਨ ਵੇਚੀ ਉਹ ਰਜਿਸਟਰੀ ਉਹਦੀ ਧਰਨੀ ਚੜ੍ਹੀ ਉਹ ਗੱਲ ਵੱਖਰੀ ਆ ਬਾਹਰਲੇ ਨੂੰ ਵੇਚੀ ਪਰ ਜਿਹੜਾ ਜ਼ਮੀਨ ਵੰਡ ਵਡਾਈ ਦਾ ਰੌਲਾ ਹਾਲੇ ਦਾ ਰੌਲਾ ਮੋਟਰਾਂ ਦੇ ਰੌਲੇ ਇਹ ਤਾਂ ਸਾਡੇ ਆਪਸ ਵਿੱਚ ਹੀ ਘਰਾਂ ਦੇ ਹੀ ਨੇ ਭੈਣਾਂ ਭਰਾਵਾਂ ਦੇ ਵਿੱਚ ਹੀ ਨੇ ਤਾਇਆਂ ਚਾਚਿਆਂ ਦੇ ਵਿੱਚ ਹੀ ਨੇ ਅਨਫੋਰਚੂਨਟਲੀ ਉੱਥੇ ਦਾ ਜਿਹੜਾ ਸਿਸਟਮ ਹੈਗਾ ਆ ਉਹ ਜਿਹੜੀ ਇੱਕ ਸਾਂਝਾ ਖਾਤਾ ਵਨ ਆਫ ਦਾ ਵਰਸਟ ਥਿੰਗ ਯੂ ਕੈਨ ਮੁਸ਼ਤਰਕਾ ਖਾਤਾ ਉਹ 100-100 ਬੰਦਾ 2 ਕਿੱਲੇ ਪੈਲੀ 100 ਬੰਦਾ ਉਹਦਾ ਓਨਰ ਆ ਜਿਹਨੂੰ 2-2 ਮਾਲੇ ਦੇ ਪਲਾਟ ਕੱਟੇ ਆ ਪਰ ਉਹਦਾ ਇੱਕੋ ਹੀ ਖਾਤਾ ਆ ਸੋ ਬੜੀ ਉਲਝਣਦਾਰ ਜੀ ਆ ਅੱਛਾ ਹੁਣ ਮੈਨੂੰ ਇਹ ਦੱਸਿਓ ਜਦੋਂ ਤੁਸੀਂ ਇਹਨਾਂ ਸਾਰੀਆਂ ਚੀਜ਼ਾਂ ਦੇ ਨਾਲ ਡੀਲ ਕਰਦੇ ਹੋ ਜੀ ਕਈ ਤਾਂ ਲੋਕ ਹੋਣਗੇ ਜਿਹੜੇ ਕਹਿੰਦੇ ਯਾਰ ਮੈਂ ਤਾਂ ਵੇਚ ਆਉਣੀ ਆ ਮੇਰੀ 5 ਦੀ ਵਿਕ ਜੇ 50 ਦੀ ਵਿਕ ਜੇ ਮੈਂ ਨਹੀਂ ਰੱਖਣੀ ਹਾਂਜੀ ਕੀ ਤੁਸੀਂ ਖਰੀਦਦੇ ਹੋ ਕੀ ਤੁਸੀਂ ਵਿਕਾਉਂਦੇ ਹੋ ਕੀ ਤੁਸੀਂ ਕਿਸੇ ਦੀ ਦੱਬੀ ਹੋਈ ਛਡਾਉਂਦੇ ਹੋ ਸਰਵਿਸਿਜ਼ ਕਿਹੜੀਆਂ ਕਿਹੜੀਆਂ ਹਾਂ ਬਿਲਕੁਲ ਜੀ ਪਹਿਲਾਂ ਤਾਂ ਜਿਹੜੀ ਸਰਵਿਸ ਦੇ ਪੁਆਇੰਟ ਵੀ ਤੋਂ ਮੈਂ ਤਾਂ ਇਹ ਕਹਿੰਦਾ ਵੀ ਜਿੰਨੇ ਵੀ ਆਪਣੇ ਦਰਸ਼ਕ ਦੇਖਦੇ ਨੇ ਜੇ ਤੁਹਾਨੂੰ ਆਪਣੀ ਜਾਇਦਾਦ ਦਾ ਪਤਾ ਨਹੀਂ ਕਿੱਥੇ ਆ ਜੇ ਤੁਹਾਨੂੰ ਇਹ ਨਹੀਂ ਪਤਾ ਵੀ ਕਿੰਨੀ ਆ ਜਾਂ ਤੁਹਾਨੂੰ ਇਹ ਨਹੀਂ ਪਤਾ ਵੀ ਕਿੰਨੇ ਕੁ ਦੀ ਹੈ ਉਹਦੇ ਲਈ ਤੁਸੀਂ ਸਾਡੇ 604-580-1000 ਤੇ ਫੋਨ ਕਰ ਲਓ ਇਹ ਸਰਵਿਸ ਫ੍ਰੀ ਨੇ ਮੈਂ ਤੁਹਾਨੂੰ ਫਰਦ ਤੁਹਾਡੀ ਤੁਹਾਡਾ ਸ਼ਜਰਾ ਜਿਹਨੂੰ ਮੈਪ ਕਹਿੰਦੇ ਆ ਉਹਦੀ ਤੇ ਫਿਰ ਵੈਲਿਊਏਸ਼ਨ ਮੈਂ ਤੁਹਾਡੀ ਕਰਾ ਦਾਂਗਾ ਦੈਨ ਯੂ ਮੇਕ ਯੂਅਰ ਡਿਸੀਜਨ ਤੁਸੀਂ ਕੀ ਕਰਨਾ ਚਾਹੁੰਦੇ ਹੋ ਅੱਛਾ ਜੀ ਇਹ ਐਬਸੋਲੂਟਲੀ ਫ੍ਰੀ ਸਰਵਿਸ ਹੈਗੀ ਹੈ ਇਹਦਾ ਅਸੀਂ ਕੁਛ ਨਹੀਂ ਲੈਂਦੇ ਦੂਸਰਾ ਜਿਹੜਾ ਆਉਂਦਾ ਹੈ ਕਿ ਜ਼ਮੀਨ ਕਿਸੇ ਟਾਈਮ 'ਤੇ ਅੱਜ ਤੋਂ 5-6 ਸਾਲ ਪਹਿਲਾਂ ਮੈਂ ਖੁਦ ਵੀ ਜਾਇਦਾਦ ਉੱਥੇ ਲਈਆਂ ਉਹ ਵੀ ਅੱਜ ਮਾਈਨਸ 'ਚ ਹੀ ਹੋਈਆਂ ਨੇ ਬਹੁਤ ਮਹਿੰਗੀ ਸੀ ਜਦੋਂ ਹਾਂਜੀ ਅਤੇ ਮੈਂ ਖੁਦ 'ਤੇ ਜ਼ਮੀਨ ਹੁਣ ਪੰਜਾਬ 'ਚ ਖਰੀਦਦਾ ਨੀਗਾ ਹਾਂ ਜਿਹੜਾ ਸਾਡਾ ਵੇਚਣ ਵਾਲੀ ਜਿਹੜੀ ਸਾਡੀ ਟੀਮ ਆ ਉਹਦੇ ਵਿੱਚ ਅਸੀਂ ਬੜੇ ਮਾਹਰ ਹਾਂ ਐਕਸਪਰਟ ਹਾਂ ਮੈਂ ਇੱਥੇ ਵਧੀਆ ਬਿਜ਼ਨਸ ਚਲਾਉਣ ਦੀ ਕੋਸ਼ਿਸ਼ ਕੀਤੀ ਅਤੇ ਮਾਰਕੀਟਿੰਗ ਦੇ ਵਿੱਚ ਮੈਂ ਐਜੂਕੇਸ਼ਨ ਲਈ ਹੋਈ ਹੈ ਅਤੇ ਹੁਣ ਜਿਹੜਾ NRI ਸਲਿਊਸ਼ਨ ਦੀ ਜਿਹੜੀ ਪ੍ਰੋਪਰਟੀਜ਼ ਜਿਹੜੀਆਂ ਸਾਡੇ ਕੋਲ ਲਿਸਟਿੰਗ ਆਉਂਦੀਆਂ ਨੇ NRI ਸਲਿਊਸ਼ਨ ਕੈਨੇਡੀਅਨ ਕੰਪਨੀ ਆ ਇੱਕ ਇੰਡੀਆ ਦੀ ਕੰਪਨੀ ਨਹੀਂ ਹੈ ਸੋ ਇਹਦੇ ਵਿੱਚ ਜਿੰਨਾ ਵੀ ਸਾਡੇ ਕੋਲ ਲਿਸਟਿੰਗ ਆਉਂਦੀਆਂ ਉਹਨਾਂ ਦੀ ਮਾਰਕੀਟਿੰਗ ਕਰਨ ਲਈ ਸਾਡਾ ਆਪਣੀ ਵੈਬਸਾਈਟ ਆਪਣਾ ਸਾਡਾ ਇੱਕ ਸਰਕਲ ਪੈਦਾ ਕੀਤਾ ਹੋਇਆ ਹੈ ਸਾਡੇ ਕੋਲ 200 ਤੋਂ ਵੱਧ ਜਿਹੜੇ ਬਹੁਤ ਹੀ ਲੋਇਲ ਸਾਡੇ ਏਜੰਟ ਨੇ ਪੰਜਾਬ ਦੇ ਵਿੱਚ ਕਹਿ ਲਓ ਸਾਡੇ ਆਪਣੇ 3 ਦਫ਼ਤਰ ਨੇ ਉਹਨਾਂ ਨਾਲ ਅਸੀਂ ਇੱਕ ਇੰਟਰਨਲ ਸਾਡਾ ਆਪਣਾ ਕਮਿਊਨੀਕੇਸ਼ਨ ਹੈ ਮੈਂ ਤਾਂ ਇਹ ਕਹਿੰਦਾ ਹੁੰਦਾ ਵੀ ਜੇ ਕੋਈ ਅਸੀਂ ਲਿਸਟਿੰਗ ਕੀਤੀ ਆ ਇੰਨੀ ਜਲਦੀ ਔਰ ਇੰਨਾ ਰਿਸਪੋਂਸ ਮੇਰਾ ਨਹੀਂ ਖਿਆਲ ਕੋਈ ਇਹਨੂੰ ਪੈਦਾ ਕਰ ਸਕਦਾ ਕਿ ਮੈਂ ਇੱਕ ਬਿਲਡ ਕਰ ਲਿਆ ਆਪਣਾ ਸਿਸਟਮ ਬਿਲਡ ਕਰ ਲਿਆ ਮਾਰਕੀਟਿੰਗ ਕਰਨ ਦੇ ਪੁਆਇੰਟ ਵੀ ਤੋਂ ਸੋ ਤੁਸੀਂ ਜਦੋਂ ਜਾਇਦਾਦ ਵੇਚਣੀ ਚਾਹੁੰਦੇ ਹੋ ਤੁਸੀਂ ਸਾਡੇ ਕੋਲ ਆਉਂਦੇ ਹੋ ਅਸੀਂ ਵੈਲਿਊਏਸ਼ਨ ਤੁਹਾਡੀ ਫ੍ਰੀ ਕਰ ਦਿੰਦੇ ਹਾਂ ਫਿਰ ਜੇ ਤੁਸੀਂ ਐਗਰੀ ਹੁੰਦੇ ਹਾਂ ਆਪਾਂ ਕਿਸੇ ਨਾ ਕਿਤੇ ਜਾ ਕੇ ਵੀ ਜੇ ਕੋਈ ਚੀਜ਼ 20 ਲੱਖ ਨੂੰ ਕਿੱਲਾ ਆ ਅਤੇ ਤੁਸੀਂ 22 ਤਾਂ ਕਹਿ ਦਿਓਗੇ ਜੀ ਉਹਦਾ 30 ਮੰਗੋਗੇ ਤਾਂ ਮੈਂ ਜਵਾਬ ਦੇ ਦਾਂਗਾ ਪਤਾ ਹੀ ਹੁੰਦਾ ਜੀ ਕਿੰਨੀ ਦੀ ਪਿੰਡ 'ਚ ਸਾਰਿਆਂ ਨੂੰ ਪਤਾ ਹੁੰਦਾ ਮੇਰੀ ਜ਼ਮੀਨ ਕਿੰਨੇ ਕੁ ਦੀ ਆ ਜੇ ਫਿਰ ਤੁਸੀਂ ਐਗਰੀ ਹਾਂ ਅਸੀਂ ਬਹਿ ਕੇ ਤੁਹਾਡੇ ਨਾਲ ਇੱਕ ਲਿਸਟਿੰਗ ਕਰਾਂਗੇ ਲਿਸਟਿੰਗ ਦੇ ਵਿੱਚ ਪ੍ਰਾਈਸ ਕਮਿਸ਼ਨ ਅਤੇ ਟਾਈਮ ਅੱਛਾ ਲਿਖਿਆ ਹੋਗਾ ਸਾਰਾ ਕੁਛ ਜੋ ਵੀ ਨਿਊ ਸਲਿਊਸ਼ਨ ਫੋਰ NRI ਕਰਦੇ ਨੇ ਉਹ ਸਾਰਾ ਕੁਛ ਲਿਖਤੀ ਰੂਪ 'ਚ ਹੁੰਦਾ ਕਿ ਅਸੀਂ ਕੈਨੇਡੀਅਨ ਕੰਪਨੀਆਂ ਦਾ ਸਾਰਾ ਰੈਕਰਡ ਆ A to Z ਸਾਡਾ ਐਨ ਪੂਰਾ ਆ ਸੋ ਉਹਦੇ ਨਾਲ ਅਸੀਂ ਉਹਦੀ ਲਿਸਟਿੰਗ ਕਰਾਂਗੇ ਫਿਰ ਅਸੀਂ ਉਹਦੇ 'ਤੇ ਮਾਰਕੀਟਿੰਗ ਦਾ ਤੁਸੀਂ ਸਾਨੂੰ ਅਥੋਰਟੀ ਦਿੱਤੀ ਆ ਅਸੀਂ ਸਾਈਨ ਬੋਰਡ ਵੀ ਲਾਵਾਂਗੇ ਅਸੀਂ ਇੰਟਰਨੈਟ 'ਤੇ ਉਹਦੀਆਂ ਪਿਕਚਰਾਂ ਨੂੰ ਲੈ ਕੇ ਮਾਰਕੀਟਿੰਗ ਕਰਦੇ ਹਾਂ ਪ੍ਰੋਪਰ ਮਾਰਕੀਟਿੰਗ ਪ੍ਰੋਪਰ ਕਰਦੇ ਫਿਰ ਸਾਡੀ ਤਾਂ ਕੋਸ਼ਿਸ਼ ਇਹ ਆ ਵੀ ਜਦ ਅਸੀਂ ਲਿਸਟਿੰਗ ਕਰ ਲਈ ਅਤੇ ਅਸੀਂ ਉਹਨੂੰ ਵੇਚਣ 'ਤੇ ਹੀ ਤੁਲਣਾ ਆ ਕਿ ਸਾਨੂੰ ਤਾਂ ਕੁਛ ਆਏਗਾ ਉਹ ਲਿਸਟਿੰਗ ਦੇ ਵਿੱਚ ਐਜ਼ ਕੈਨੇਡੀਅਨ ਰੀਅਲ ਸਟੇਟ ਦੇ ਜਿਹੜੇ ਏਜੰਟ ਇੱਥੇ ਵਿਕਦੀਆਂ ਪ੍ਰੋਪਰਟੀਆਂ ਪ੍ਰਾਈਸ ਦੇ ਨਾਲ ਨਾਲ ਇੱਕ ਕਮਿਸ਼ਨ ਦਾ ਕਾਲਮ ਵੀ ਹੈ ਹਾਂ ਕਿੰਨੇ ਪਰਸੈਂਟ ਅਸੀਂ ਉਹ ਕਿੰਨੇ ਪਰਸੈਂਟ ਕਮਿਸ਼ਨ ਲਾਂਗੇ ਇਟਸ ਡਿਪੈਂਡ ਔਨ ਈਚ ਪ੍ਰੋਪਰਟੀ ਸਾਨੂੰ ਉੱਥੇ ਵਰਕ ਕਿੰਨਾ ਕਰਨਾ ਪਊਗਾ ਸੋ ਉਦੋਂ ਬਾਅਦ ਜੇ ਅਸੀਂ ਉਹਦੀ ਮਾਰਕੀਟ ਕੀਤੀ ਸਾਡੇ ਕੋਲ ਬਾਹਰ ਆ ਗਿਆ ਤਕਰੀਬਨ ਕਾਫੀ ਹਾਈ ਮੇਰੀ ਪਰਸੈਂਟੇਜ ਆ ਜਿਹੜੀ ਮੈਂ ਡੀਲ ਲਿਸਟਿੰਗ ਕਰ ਲੈਣਾ ਉਹਦੀ ਮੈਂ ਕਲੋਜ਼ ਕਰ ਹੀ ਦਿੰਦਾ ਜੀ ਜੀ ਅਤੇ ਫਿਰ ਉਹਦੀ ਅਸੀਂ ਰਾਈਟਿੰਗ ਦੇ ਵਿੱਚ ਦੋਨਾਂ ਬਿਟਵੀਨ 2 ਪਾਰਟੀਆਂ ਦੇ ਸਾਡੀ ਆਫਰ ਲਿਖੀ ਜਾਂਦੀ ਹੈ ਅੱਛਾ ਜੀ ਫਿਰ ਤੁਹਾਨੂੰ ਅਸੀਂ ਦਫ਼ਤਰ ਦੇ ਵਿੱਚ ਜਾਂ ਤੁਸੀਂ ਕਿਸੇ ਹੋਰ ਦੂਰ ਰਹਿੰਦੇ ਹੋ ਫਿਰ ਤੁਹਾਨੂੰ ਇੰਟਰਨੈਟ ਦੇ ਥਰੂ ਈਮੇਲ ਦੇ ਥਰੂ ਡਾਕੂਮੈਂਟ ਸਾਈਨ ਜਿਹੜਾ ਹੈਗਾ ਪ੍ਰੋਗਰਾਮ ਉਹਦੇ ਥਰੂ ਅਸੀਂ ਉਹ ਫਿਰ ਆਪਸ ਵਿੱਚ ਆਪਾਂ ਕਮਿਊਨੀਕੇਟ ਕਰਦੇ ਹਾਂ ਨੈਗੋਸ਼ੀਏਟ ਕਰਦੇ ਹਾਂ ਬੈਕ ਫੋਰਥ ਜਾਂਦੇ ਹਾਂ ਜਿੱਦਾਂ ਆਮ ਸੇਲਾਂ ਹੁੰਦੀਆਂ ਨੇ ਜੀ ਜੀ ਐਂਡ 'ਤੇ ਆ ਕੇ ਤੁਹਾਨੂੰ ਇਹ ਦੱਸ ਦਿੱਤਾ ਜਾਂਦਾ ਵੀ ਤੁਹਾਡੀ ਇਹ ਪ੍ਰੋਪਰਟੀ ਆ ਮੇਰਾ ਕਮਿਸ਼ਨ ਕੱਢ ਕੇ ਆਹ ਤੁਹਾਡੇ ਪੈਸੇ ਨੇ ਹਿਡਨ ਕੁਛ ਨਹੀਂ ਹਿਡਨ ਕੁਛ ਨਹੀਂ ਇਸ ਕੈਨੇਡੀਅਨ ਬਿਜ਼ਨਸ
ਰਾਈਟ ਤੇ ਉਹਦੇ ਨਾਲ ਤੁਸੀਂ ਫਿਰ ਸਾਨੂੰ ਐਗਰੀ ਹੋ ਜਾਂਦੇ ਫਿਰ ਅਸੀਂ ਐਕਸੈਪਟੈਂਸ ਲੈਟਰ ਟਾਈਪ ਕਰ ਲੈਂਦੇ ਹਾਂ ਉਹ ਲੈਟਰ ਸਾਡਾ ਅਸੀਂ ਸਾਰੇ ਐਗਰੀ ਹੋ ਜਾਂਦੇ ਹਾਂ ਮੋਰਲੀ ਥਰਡ ਪਾਰਟੀ ਤੋਂ ਅਸੀਂ ਫਿਰ ਜਿਹਨੂੰ ਪੰਜਾਬੀ 'ਚ ਸਾਈ ਵੀ ਕਹਿ ਲੈਂਦੇ ਹਾਂ ਅਤੇ ਅਸੀਂ ਡਿਪੋਜ਼ਿਟ ਕਹਿ ਲੈਂਦੇ ਛੋਟਾ ਡਿਪੋਜ਼ਿਟ ਲੈ ਲੈਂਦੇ ਹਾਂ ਉਹਦੇ ਵਿੱਚ ਹੀ ਤੁਹਾਡੀ ਕਲੋਜ਼ਿੰਗ ਡੇਟ ਕਿਸ ਦਿਨ ਨੂੰ ਇਹ ਕੰਪਲੀਟ ਹੋਣੀ ਆ ਉਹਦੇ ਵਿੱਚ ਹੀ ਸਾਰਾ ਕੁਛ ਹੋਣਾ ਹੈ ਜਿਹੜਾ ਦਵਿੰਦਰ ਇੱਕ ਤੁਹਾਡੇ ਸ਼ਾਇਦ ਜਹਿਨ 'ਚ ਹੋਊਗਾ ਔਲਰੇਡੀ ਸਭ ਤੋਂ ਜਿਹੜਾ ਇਸ ਵੇਲੇ ਦਾ ਵੱਡਾ ਮਸਲਾ ਸਾਡੇ ਲੋਕਾਂ 'ਚ ਆਉਂਦਾ ਹੈ ਅਸੀਂ ਨਾ ਸਮ ਰੀਜ਼ਨ ਕੈਨੇਡਾ 'ਚ ਰਹਿ ਕੇ 20-40-50 ਸਾਲ ਰਹਿ ਕੇ ਵੀ ਦਿਮਾਗ 'ਚੋਂ ਇੱਕ ਗੱਲ ਨਹੀਂ ਕੱਢਦੇ ਵੀ ਜੇ ਕੋਈ ਚੀਜ਼ ਟੈਕਸ ਵੱਲਿਆ ਤਾਂ ਉੱਤੇ ਸਾਨੂੰ ਟੈਕਸ ਦੇ ਦੇਣਾ ਚਾਹੀਦਾ ਅਤੇ ਬਸ ਉਹਦੇ ਚੱਕਰ 'ਚ ਅਸੀਂ ਕੈਸ਼ ਡੀਲਾਂ ਵਿੱਚੋਂ ਕੈਸ਼ ਪੈਸੇ ਖਰੀਦਦੇ ਹਾਂ ਹਾਂ ਇੱਕ ਤਰ੍ਹਾਂ ਅਤੇ ਉਹ ਫਿਰ ਕੈਸ਼ ਪੈਸਾ ਮਨੀ ਲੌਂਡਰਿੰਗ ਕਿਉਂ ਮੈਂ ਤਾਂ ਕੈਸ਼ ਪੈਸਾ ਲੈ ਕੇ ਨਹੀਂ ਆਉਂਦਾ ਇੱਥੇ ਮੈਂ ਆਪਣੇ ਦਰਸ਼ਕਾਂ ਨੂੰ ਇਹ ਦੱਸਣਾ ਚਾਹੁੰਦਾ ਵੀ ਜੇ ਮੈਂ ਲਿਸਟਿੰਗ ਕੀਤੀ ਹੈ ਮੈਂ ਉੱਥੇ ਔਫਰ ਲੈ ਦਿੱਤੀ ਤੁਹਾਡੀ ਡੀਲ ਕਲੋਜ਼ ਕਰਤੀ ਲੀਗਲ ਪੁਆਇੰਟ ਵੀ ਤੋਂ ਟੈਕਸ ਡਿਪਾਰਟਮੈਂਟ 'ਚੋਂ ਕਲੀਅਰੈਂਸ ਲੈ ਕੇ ਤੁਹਾਡਾ ਪੈਸਾ ਕੈਨੇਡੀਅਨ ਅਕਾਊਂਟ ਵਿੱਚ ਰਖਾਉਣ ਦੀ ਮੈਂ ਜ਼ਿੰਮੇਵਾਰੀ ਲੈਂਦਾ ਹਾਂ ਇਹ ਨਹੀਂ ਹੋਏਗਾ ਕਿ ਵੀ ਹਵਾਲੇ ਤਾਂ ਹੀ ਰਹਿਣਾ ਪਏਗਾ ਜੀ ਹਾਂ ਕਿਉਂ ਮੈਂ ਪੁੱਤਰ ਵੀ ਆਨੈਸਟ ਤੂੰ ਤਾਂ 24-25 ਸਾਲ ਤੈਨੂੰ ਵੀ ਹੋ ਗਿਆ ਆਏ ਨੂੰ ਮੈਂ 45 ਸਾਲ ਹੋ ਗਏ ਰੱਬ ਨੇ ਇੱਥੇ ਕਿ ਲਿਆਂਦੇ ਹੁਣ ਆਪਾਂ ਗਲਤ ਕੁਛ ਵੀ ਨਹੀਂ ਕਰ ਸਕਦੇ ਬਿਲਕੁਲ ਰਾਈਟ ਸੋ ਜੇ ਅਸੀਂ ਡੀਲ ਤੁਹਾਡੀ ਕਲੋਜ਼ ਕਰਾਂਗੇ ਤੁਹਾਡਾ ਪੈਸਾ ਕੈਨੇਡਾ ਤੱਕ ਲਿਆਉਣ ਦਾ ਪਰ ਜੋ ਲਾ ਕਹਿੰਦਾ ਹੈ ਜੇ ਉੱਥੇ ਟੈਕਸ ਵੱਲ ਉਹਦੀ ਐਗਜ਼ੈਂਪਸ਼ਨ ਆ ਟੈਕਸ ਨਹੀਂ ਲੱਗਣਾ ਸਾਰੀਆਂ ਨੂੰ ਟੈਕਸ ਨਹੀਂ ਲੱਗਦਾ ਅਤੇ ਉਹ ਤੁਹਾਨੂੰ ਅਸੀਂ ਕਲੀਅਰੈਂਸ ਲੈ ਕੇ ਉੱਥੇ ਨਾਲ ਲਾਵਾਂਗੇ ਤਾਂ ਬੈਂਕ ਪੈਸੇ ਟ੍ਰਾਂਸਫਰ ਕਰੂ ਜੇ ਉੱਥੇ ਟੈਕਸ ਲੱਗਦਾ ਅਤੇ ਟੈਕਸ ਦੇ ਕੇ ਉਹਦੀ ਰਸੀਦ ਤੁਹਾਡੀ ਜੇਬ 'ਚ ਪਾਈ ਜਾਊਗੀ ਫਿਰ ਉਹ ਜਿਹੜਾ ਪੈਸਾ ਇੱਥੇ ਆਊਗਾ ਜੇ ਤੁਹਾਡੇ ਕੋਲ ਕਲੀਅਰੈਂਸ ਲੈਟਰ ਹੈਗਾ ਅਤੇ ਬੈਂਕ ਦੇ ਬੈਂਕ ਤੁਹਾਨੂੰ ਕਦੀ ਪੁੱਛਦੀ ਹੈ ਵੀ ਪੈਸਾ ਕਿੱਥੋਂ ਆਇਆ ਅਤੇ ਤੁਸੀਂ ਉਹ ਚਿੱਠੀ ਦਿਖਾ ਦਿਓ ਤੁਹਾਨੂੰ ਕੋਈ ਨਹੀਂ ਜੇ ਕੈਨੇਡਾ ਦਾ ਗੌਰਮੈਂਟ ਦਾ ਜਿਹੜਾ ਟੈਕਸ ਡਿਪਾਰਟਮੈਂਟ ਤੁਹਾਨੂੰ ਪੁੱਛਦਾ ਜਿਹੜਾ ਕੈਪੀਟਲ ਗੇਨ ਦੀ ਇੱਕ ਟ੍ਰੀਟੀ ਆ ਆਸ ਵਿੱਚ ਹੀ ਸੰਧੀ ਆ ਇੰਡੀਆ ਦੀ ਤਾਂ ਕੈਨੇਡਾ ਦੀ ਅਤੇ ਜੇ ਅਸੀਂ ਉਹ ਕਲੀਅਰੈਂਸ ਇੰਡੀਆ ਤੋਂ ਲੈ ਕੇ ਪੈਸਾ ਇੱਥੇ ਲੈ ਕੇ ਆਉਂਦੇ ਤਾਂ ਇੱਥੇ ਅਕਾਊਂਟ 'ਚ ਪੈਸੇ ਰੱਖਿਆ ਨੂੰ ਉਹ ਟੈਕਸਬਲ ਨਹੀਂ ਹੈ ਸੋ ਅਸੀਂ ਬਹੁਤ ਕਲੀਅਰ ਕਰਨ ਵਾਲੀ ਗੱਲ ਸੀ ਹਾਂ ਹਾਂ ਉਹ ਸਾਡੇ ਕਈ ਵਾਰੀ ਉਹ ਹੀ ਸਾਡੇ ਦਿਮਾਗ 'ਚ ਪੁਰਾਣਾ ਹੀ ਵਸਿਆ ਆ ਵੀ ਇੰਨੇ ਦੀ ਰਜਿਸਟਰੀ ਕਰਾ ਲਓ ਇੰਨੇ ਕੈਸ਼ ਲੈ ਲਓ ਹੁਣ ਕੋਈ 2 ਕਰੋੜ ਦੀ ਡੀਲ ਹੋਈ ਆ ਕਰੋੜ ਦੀ ਉਹਦੀ ਰਜਿਸਟਰੀ ਕਰਾ ਲਈ ਕਰੋੜ ਹੁਣ ਕੌਣ ਚੁੱਕੂ ਸਾਰੀਆਂ ਜਾਇਦਾਦਾਂ ਟੈਕਸ ਵੱਲ ਨਹੀਂ ਹੈ ਪਲੀਜ਼ ਸਟੱਡੀ ਹਨਾ ਅਸੀਂ ਤੁਹਾਨੂੰ ਪਹਿਲਾਂ ਕੱਢ ਦਿੰਦੇ ਹਾਂ ਇਹ ਚੀਜ਼ ਕੋਈ ਵੀ ਚੀਜ਼ ਵੇਚਣ ਤੋਂ ਪਹਿਲਾਂ ਵੀ ਇੱਥੇ ਕੋਈ ਟੈਕਸ ਲੱਗੂ ਜਾਂ ਨਾ ਲੱਗੂ ਸੋ ਕਲੀਅਰ ਹੋ ਜਾਂਦਾ ਹੈਗਾ ਸੋ ਜਿਹੜਾ ਕਹਿੰਦੇ ਤਾਂ ਇਹੀ ਆ ਵੀ ਜੇ ਸੁੱਖ ਦੀ ਨੀਂਦ ਸੌਣਾ ਤਾਂ ਕਰੋ ਹੀ ਉਹ ਜੋ ਕਾਨੂੰਨ ਕਹਿੰਦਾ ਤਾਂ ਮੈਂ ਉਹਦੇ ਵਿੱਚ ਹੀ ਚੱਲਦਾ ਸਰ ਵਾਟ ਸਾਹਿਬ ਹੁਣ ਜਿਸ ਤਰ੍ਹਾਂ ਇਹ ਤਾਂ ਕਲੀਅਰ ਕਰ ਦਿੱਤੀ ਗੱਲ ਕਿ ਬਹੁਤ ਸਾਰੀਆਂ ਜ਼ਮੀਨਾਂ ਨੇ ਹਾਂਜੀ ਬਹੁਤ ਸਾਰੀਆਂ ਕੋਠੀਆਂ 'ਤੇ ਰੱਫੜ ਪਏ ਹੋਏ ਆ ਜੀ ਹਾਂਜੀ ਉਹ ਕਿਸੇ ਨੂੰ ਆਪਣੇ ਨੂੰ ਦਿੱਤੀਆਂ ਸੀ ਜਾਂ ਕਿਰਾਏ 'ਤੇ ਦਿੱਤੀਆਂ ਸੀ ਛੜਾਵੇ ਬੰਦਾ ਕਿਵੇਂ ਉਹ ਵਿਚਾਰੇ 5-7 ਚੱਕਰ ਲਾਉਂਦੇ ਆ ਆਖਰਕਾਰ ਦੂ ਦੂ ਕਰਕੇ ਨਿਕਲਦਾ ਮੁੜ ਕੇ ਉਧਰ ਨੂੰ ਮੂੰਹ ਨਹੀਂ ਕਰਦੇ ਜੀ ਪਰ ਕੋਠੀ ਦਸਾਂ ਨੂੰ ਉਹਦੀ ਕਿਰਤ ਕਮਾਈ ਨਾਲ ਬਣਾਈ ਸੀ ਜਾਂ ਦੁਕਾਨਾਂ ਬਣਾਈਆਂ ਸੀ ਜੀ ਕਿ ਉਹ ਵੀ ਛੁੜਾ ਲੈਂਦੇ ਹੋ ਉਹ ਵੀ ਸਭ ਕੁਛ ਹੱਲ ਹੋ ਜਾਂਦੇ ਆ ਜੀ ਉਹਦੇ ਵੀ ਹਾਂ ਦਵਿੰਦਰ ਵੈਸੇ ਹੱਲ ਤਾਂ ਤਕਰੀਬਨ ਹਰੇਕ ਚੀਜ਼ ਦਾ ਹੀ ਆ ਜੇ ਉਹਨੂੰ ਅਸੀਂ ਪ੍ਰੋਪਰਲੀ ਫੜਦੇ ਹਾਂ ਅੱਛਾ ਜੀ ਪਰ ਇੱਕ ਮੈਂ ਇੱਥੇ ਜ਼ਰੂਰ ਕਲਾ ਦਾਂਗਾ ਵੀ ਮੈਂ ਕਾਨੂੰਨ ਵਾਲਾ ਬੰਦਾ ਹਾਂ ਮੈਂ ਕਾਨੂੰਨ 'ਚ ਰਹਿੰਦਾ ਇਹ ਨਹੀਂ ਵੀ ਭਾਈ ਪਹਿਲਾਂ ਮੈਂ ਕਬਜ਼ਾ ਲੈ ਲੂੰ ਆਪਣੇ ਆਪ ਉਹੋ ਜਿਹਾ ਕੁਛ ਨਹੀਂ ਮੈਂ ਦਰਸ਼ਕ ਦੇਖ ਰਹੇ ਨੇ ਮੈਂ ਤੁਹਾਡਾ ਪ੍ਰੋਮਿਸ ਸੀ ਵੀ ਜੋ ਕਾਨੂੰਨ ਕਹਿੰਦਾ ਮੈਂ ਤੁਹਾਡੀ ਪੂਰੀ ਲੜਾਈ ਲੜ ਲਓ ਮੇਰੇ ਆਪਣੇ ਵਕੀਲ ਨੇ ਪੱਕੇ ਨੇ ਉਹਨੂੰ ਪੂਰੀ ਪੈਰਵਾਈ ਕਰਕੇ ਤੁਹਾਡੇ ਹੱਕ 'ਚ ਕੇਸ ਦਵਾ ਦੂੰ ਪਰ ਮੇਰੇ ਤੋਂ ਇਹ ਆਸ ਨਾ ਰੱਖਿਓ ਵੀ ਮੈਂ ਕਿਰਪਾਨਾਂ ਸੋਟਾਂ ਲੈ ਕੇ ਬੰਦੂਕਾਂ ਲੈ ਕੇ ਮੈਂ ਤੁਹਾਡੀਆਂ ਕੋਠੀਆਂ ਛੁੜਾ ਦੇਣੀਆਂ ਆਈ ਡੋਂਟ ਡੂ ਦੈਟ ਮੇਰੀ ਬੜੀ ਵਧੀਆ ਲਾਈਫ ਹੈਗੀ ਆ ਮੈਂ ਐਨਮੀ ਨਹੀਂ ਬਣਾਉਂਦਾ ਮੇਰਾ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਮੈਨੂੰ ਪਾਉਣ ਦੀ ਲੋੜ ਵੀ ਨਹੀਂ ਹੈ ਜੀ ਜੀ ਸੋ ਇਹ ਚੀਜ਼ ਨੂੰ ਹਾਂ ਤੁਹਾਡੀ ਕਾਨੂੰਨੀ ਹੱਕ 'ਚ ਦਵਾ ਕੇ ਗੌਰਮੈਂਟ ਤੋਂ ਤੁਹਾਨੂੰ ਆਰਡਰ ਲੈ ਕੇ ਤੁਸੀਂ ਉਹ ਆਪਣੀ ਜਾਇਦਾਦ ਖਾਲੀ ਬੜੀ ਆਸਾਨ ਕਰਾ ਸਕੋਗੇ ਜਾਂ ਤੁਹਾਡੇ ਹੱਥ 'ਚ ਸਾਰਾ ਕੁਛ ਸੋ ਮੈਂ ਸਿੱਧਾ ਜਾ ਕੇ ਤੁਹਾਡੀਆਂ ਕੋਠੀਆਂ ਜਾਂ ਤੁਹਾਡੀ ਜਾਇਦਾਦਾਂ ਦੇ ਕਬਜ਼ੇ ਨਹੀਂ ਲੈ ਕੇ ਦੇ ਸਕਦਾ ਨਾ ਮੈਂ ਕੁਛ ਕਰਨੀ ਆ ਨਾ ਮੈਨੂੰ ਲੋੜ ਹੈ ਅੱਛਾ ਹੁਣ ਆਮ ਤੌਰ 'ਤੇ ਹੁੰਦਾ ਕੋਈ ਬੰਦਾ ਜਿਸ ਤਰ੍ਹਾਂ ਤੁਸੀਂ ਆਖਿਆ ਕਈ ਵਾਰੀ ਟਾਈਮਿੰਗ ਦੀ ਬੜੀ ਸਮੱਸਿਆ ਬੰਦਿਆਂ ਨੂੰ ਹਾਂਜੀ ਕਈ ਵਾਰੀ ਬੰਦਾ ਇਹ ਹੁੰਦਾ ਵੀ ਯਾਰ ਭਰੋਸਾ ਕਿਵੇਂ ਕਰੀਏ ਹਾਂਜੀ ਹੁਣ ਜਿਹੜੇ ਦਫ਼ਤਰ ਮੰਨ ਲਓ ਪੰਜਾਬ ਦੇ ਵਿੱਚ ਜਾ ਕੇ ਮਿਲਣਾ ਕਿੱਥੇ ਦਫ਼ਤਰ ਨੇ ਜੀ ਹਾਂਜੀ ਅਸੀਂ ਮੋਗਾ ਤੋਂ ਜੀਰਕਪੁਰ ਤੋਂ ਅਤੇ ਜਲੰਧਰ ਤੋਂ ਅਸੀਂ ਕਵਰ ਕਰਦੇ ਹਾਂ ਸਾਡੇ ਜਿਹੜੇ ਵੈਸੇ ਕਵਰ ਤਾਂ ਸਾਰਾ ਹੀ ਕਰਦੇ ਹਾਂ ਜਿੱਥੇ ਸਟਾਫ ਬੈਠਾ ਰੋਜ਼ ਜਾ ਕੇ ਸਵੇਰੇ ਦਫ਼ਤਰ ਖੁੱਲ੍ਹਦੇ ਨੇ ਜੀ ਜੀ ਉਹਦੇ ਨਾਲ ਦਵਿੰਦਰ ਇਹਦੇ ਨਾਲ ਆਪਾਂ ਇੱਕ ਪਹਿਲੂ ਹੋਰ ਗਾਂਹ ਚੱਲਾਂਗੇ ਥੋੜ੍ਹਾ ਜਿਹਾ ਜਿਹੜੀ ਜਦੋਂ ਅਸੀਂ ਜਿਹੜੀ ਕੋਠੀ ਵਾਲੀ ਗੱਲ ਦਾ ਤੁਸੀਂ ਛੇੜੀ ਸੀ ਨਾ ਜੀ ਜੀ
ਕੋਠੀ ਲਈ ਵੀ ਜਦੋਂ ਤੁਸੀਂ ਕੁਛ ਨਾ ਕੁਛ ਸਹੀ ਕੀਤਾ ਹੋਵੇ, ਤੁਹਾਡੇ ਨਾਂ 'ਤੇ ਕੋਠੀ ਆ, ਤੁਹਾਡੇ ਨਾਂ 'ਤੇ ਬਿਜਲੀ ਦਾ ਬਿੱਲ ਹੈ, ਤੁਹਾਡੇ ਨਾਂ 'ਤੇ ਮਿਊਂਸਪੈਲਿਟੀ ਦਾ ਵਾਟਰ ਆਉਂਦਾ ਹੈ, ਤੁਸੀਂ ਆਪਣੇ ਅਕਾਊਂਟ 'ਚੋਂ ਪੇ ਕਰਦੇ ਹੋ, ਪਲੀਜ਼ ਕੀਪ ਆਲ ਦੋਜ ਪਰੂਫ ਕੋਲ ਹੋਣੇ ਚਾਹੀਦੇ ਆ, ਕੋਲ ਹੋਣੇ ਚਾਹੀਦੇ ਆ। ਇਸ ਤਰ੍ਹਾਂ ਹੀ ਜ਼ਮੀਨਾਂ ਨੇ, ਉਹਦੇ ਮੋਟਰ ਕਿਹਦੇ ਨਾਂ ਹੈ, ਮੋਟਰ ਦਾ ਬਿੱਲ ਆਉਂਦਾ ਆ, ਤੁਸੀਂ ਪੇ ਨਹੀਂ ਕਰਦੇ ਇਹਨਾਂ ਦਿਨਾਂ 'ਚ, ਪਰ ਬਿੱਲ ਤਾਂ ਉਹਦੇ ਫੇ ਵੀ ਹੈਗੇ ਨੇ, ਉਹਦਾ ਰੈਕਡ ਤੁਹਾਡੇ ਨਾਂ 'ਤੇ ਵੱਜਦਾ ਵੀ ਹੈ। ਜੇ ਕੋਠੀ ਤੁਹਾਡੀ ਆ, ਮੀਟਰ ਕਿਸੇ ਹੋਰ ਦਾ ਆ, ਪਾਣੀ ਦਾ ਕਨੈਕਸ਼ਨ ਕਿਸੇ ਹੋਰ ਦਾ, ਕੋਰਟ 'ਚ ਜਾ ਕੇ ਬੜਾ ਕੁਛ ਕਰਨਾ ਪਏ। ਕਿਵੇਂ ਪਰੂਵ ਕਰੋਗੇ, ਕਿਵੇਂ ਪਰੂਵ ਕਰੋਗੇ? ਜਾਂ ਕਈ ਵਾਰੀ ਇਹ ਵੀ ਹੁੰਦਾ ਜੀ, ਉੱਥੇ ਮੰਨ ਲਓ ਆਪਾਂ ਕਿਸੇ ਨੂੰ ਕੋਠੀ ਦਿੱਤੀ ਆ, ਦੁਕਾਨ ਦਿੱਤੀ ਆ, ਉਹਦਾ ਮੰਥਲੀ ਕੋਈ ਕਿਰਾਇਆ ਵੀ ਹੋਣਾ, ਕੋਈ ਲੀਜ਼ ਵੀ ਲਿਖੀ ਹੋਣੀ ਆ, ਭਾਵੇਂ ਬਾਅਦ 'ਚੋਂ ਬੇਈਮਾਨ ਹੋ ਗਿਆ, ਹਾਂ ਉਹ ਚੀਜ਼ਾਂ ਸੈਕਸਿਡ ਹੁੰਦੀਆਂ ਜੀ? ਹਾਂਜੀ ਹਾਂਜੀ ਬਿਲਕੁਲ, ਜੇ ਤੁਸੀਂ ਉਹਨੂੰ ਪ੍ਰੋਪਰ ਚੈਨਲ ਦੇ ਲੋਇਰ ਦੇ ਥਰੂ ਜਾ ਕੇ ਉਹਨਾਂ ਕੰਟਰੈਕਟ ਲਿਖਿਆ ਲੀਜ਼ ਦਾ, ਜਿੱਦਾਂ ਆਪਾਂ ਇੱਥੇ ਵੀ ਲਿਖਦੇ ਹਾਂ, ਹੈ ਨਾ, ਉਹਦੀ ਬਹੁਤ ਵੈਲਿਊ ਆ। ਔਰ ਉਹਦੇ ਨਾਲ ਉਹਦਾ ਜਿਹੜਾ, ਕਦੀ ਕੈਸ਼ ਪੈਸਾ ਨਾ ਫੜੋ ਰੈਂਟ ਦਾ, ਜਿਹੜਾ ਹਾਲਾ ਆ, ਜਿਹੜੇ ਆਪਾਂ ਜਾਇਦਾਦਾਂ ਦਿੱਤੀਆਂ ਨਾ, ਖੇਤ ਵੀ ਦਿੱਤੇ ਨੇ ਕਿਸੇ ਨੂੰ, 30,000 ਨੂੰ ਕਾਲ ਆਪਾਂ ਦਿੱਤਾ ਹੋਇਆ, 5 ਖੇਤ ਨੇ, 1,50,000 ਰੁਪਈਆ, ਪਲੀਜ਼ ਉਹਨਾਂ ਨੂੰ ਕਹੋ ਮੇਰੇ ਐਸ ਅਕਾਊਂਟ 'ਚ ਰੱਖ ਦਿਉ ਅਤੇ ਉਹਦੀ ਰਸੀਦ ਮੈਨੂੰ ਭੇਜ ਦਿਉ। ਅਸੀਂ ਕੀ ਕਰਦੇ ਹਾਂ, ਹਾਂਜੀ ਜੀ 1.5 ਲੱਖ ਤੁਹਾਡਾ ਹਾਲਾ ਆਇਆ, ਹਾਂ ਫਿਰ ਮੇਰਾ ਭੂਆ ਦਾ ਮੁੰਡਾ ਉਹ ਫੜ ਲਿਜੋ। ਐਂਡ 'ਤੇ ਪਰੂਫ ਕਿੱਦਾਂ ਕਰੋਗੇ ਵੀ ਜ਼ਮੀਨ ਇਹ ਬੰਦਾ ਹੀ ਵਾਹੁੰਦਾ ਸੀ, ਜਾਂ ਫਿਰ ਮੇਰੀ ਜ਼ਮੀਨ ਸੀ ਅਤੇ ਹਾਲਾ ਮੈਨੂੰ ਹੀ ਦਿੰਦਾ ਸੀ, ਤਾਂ ਹੀ ਉਹ ਦਿੰਦਾ ਸੀ ਕਰਕੇ ਜ਼ਮੀਨ ਮੇਰੀ ਆ, ਪਰੂਫ ਹੈ ਨਾ, ਅਤੇ ਪਰੂਫਾਂ ਤੋਂ ਅਸੀਂ ਅਕਸਰ ਫੇਲ ਹੋ ਜਾਂਦੇ ਹਾਂ। ਅੱਛਾ, ਹੁਣ ਤੱਕ ਬਹੁਤ ਸਾਰੇ ਦਰਸ਼ਕ ਉਹ ਹੋਣਗੇ ਜਿਨ੍ਹਾਂ ਦੇ ਤੁਸੀਂ ਇਹ ਕੰਮ ਨੇਪਰੇ ਚਾੜੇ ਨੇ ਜੀ, ਲੰਬੀ ਲਿਸਟ ਹੋਣੀ ਹੈ। ਹਾਂਜੀ ਬਿਲਕੁਲ, ਪਰ ਹੁਣ ਕਈ ਉਹ ਹੋਣਗੇ ਜਿਹੜੇ ਕਿਸੇ ਨੂੰ ਕਿਸੇ ਥਾਂ 'ਤੇ ਪਹਿਲਾਂ ਸਤਾਏ ਹੋਏ ਨੇ, ਉਹ ਕਿਸੇ ਨੂੰ ਕਿਸੇ ਸਲਿਊਸ਼ਨ ਵਾਲੇ ਧੱਕੇ ਚੜ੍ਹ ਕੇ ਹੋਣੇ ਨੇ, ਬਿਲਕੁਲ ਉਹਨਾਂ ਦਾ ਡਰ ਕਿਵੇਂ ਕੱਢੀਏ ਜੀ? ਦੇਖੋ ਜੀ, ਜਿਹੜਾ ਮੈਂ ਤਾਂ ਇੱਕ ਬਹੁਤ ਦਵਿੰਦਰ ਸਿੰਪਲ ਜੀ ਗੱਲ ਕਹਿੰਦਾ ਹੁੰਦਾ, ਵੀ ਹਰ ਕੰਮ ਹੋ ਨਹੀਂ ਸਕਦਾ ਅਤੇ ਹਰ ਕੰਮ ਹੋਏ ਬਿਨਾਂ ਰਹਿ ਨਹੀਂ ਸਕਦਾ। ਜਾਂ ਦੂਏ ਅੱਖਰਾਂ 'ਚ ਕਹਿ ਲਓ, ਜੇ ਤੁਰਾਂਗੇ ਨੇ ਤਾਂ ਪਹੁੰਚਾਂਗੇ ਕਿਵੇਂ? ਕਿਉਂ ਸਾਡੇ ਜਿਹੜੇ ਆ, ਤੁਸੀਂ ਕਿਸੇ ਤਰ੍ਹਾਂ ਦਾ ਵੀ ਕੋਈ ਮਸਲਾ ਹੈ, ਕਿ ਮੈਂ ਠੀਕ ਹੈ ਸਾਡੇ ਖਰਚੇ ਨੇ, ਕੁਛ ਬਿਜ਼ਨਸ ਹੈ, ਪਰ ਮੈਂ ਇੰਨਾ ਵੀ ਪੈਸੇ ਦੇ ਨੇੜੇ ਹੋ ਕੇ ਨਹੀਂ ਕਰਦਾ। ਮੈਂ ਤਾਂ ਕੋਈ ਕੰਸਲਟਿੰਗ ਫੀਸ, ਤੁਸੀਂ 2 ਵਾਰੀ ਆ ਜਾਓ, ਤੁਸੀਂ 3 ਵਾਰੀ ਆ ਜਾਓ, ਸਲਾਹ ਮਸ਼ਵਰਾ ਲੈਣ ਸਾਡੇ ਥਰੂ ਕੁਛ ਵੀ ਨਾ ਕਰਾਓ, ਅਸੀਂ ਤਾਂ ਆਪਣੀ ਵਾਕਫੀ ਨਾਲ ਕੌਫੀ ਪੱਕੀ, ਹਾਂ ਅਸੀਂ ਤੁਹਾਨੂੰ ਜਾਣਕਾਰੀ ਸਾਰੀ ਦੇ ਦੇਣੀ ਹੈ ਜੀ ਜੀ, ਕਿਉਂਕਿ ਇਹ ਵੀ ਇੱਕ ਸਮਾਜ ਦੇ ਨਾਲ ਨਾਲ ਤੁਰਨਾ ਹੀ ਪੈਂਦਾ ਆ। ਬਿਲਕੁਲ, ਸੋ ਤੁਸੀਂ ਕੁਛ ਵੀ ਉੱਥੇ ਕਰਨਾ ਚਾਹੁੰਦੇ ਹੋ, ਉਹਦੇ ਲਈ ਸਾਡੇ ਕੋਲੋਂ ਕਾਲ ਕਰ ਲਓ, ਅਸੀਂ ਵੀ ਹੈਪੀ ਟੂ ਆਨਸਰ ਯੂਰ ਕੁਐਸਚਨ, ਜਿੰਨੇ ਵੀ ਹੈਗੇ ਆ, ਤਾਂ ਉਹਦੇ ਦੁਆਲੇ ਆਪਾਂ ਚੱਲ ਕੇ ਤੁਹਾਨੂੰ ਡਾਇਰੈਕਸ਼ਨ ਦੇ ਦਾਂਗੇ, ਇਹਦਾ ਆਹ ਹੋ ਸਕਦਾ, ਇਹਦਾ ਇੱਦਾਂ ਕਰ ਲਓ, ਇੱਦਾਂ ਕਰ ਲਓ, ਇੰਡੀਆ ਤੋਂ ਕਰਾ ਲਓ। ਇੱਕ ਮੈਂ ਹੋਰ ਦਵਿੰਦਰ ਜੀ ਇੱਥੇ ਐਡ ਕਰ ਦੇਣਾ ਚਾਹੂੰਗਾ, ਪਾਵਰ ਟਰਨੀ, ਪਲੀਜ਼ ਮੈਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਦਾ, ਉਹ ਖੁੱਲ੍ਹੀ ਜੀ ਨਾ ਫੜਾ ਦਿਓ ਕਿਸੇ ਨੂੰ, ਐਵੇਂ ਨਾ ਪਾਵਰ ਟਰਨੀ ਕਿਸੇ ਨੂੰ ਐਵੇਂ ਚੁੱਕ ਕੇ ਫੜਾ ਦਿਓ, ਬਹੁਤ ਕੇਸ ਹੁੰਦੇ ਨੇ। ਮੈਨੂੰ ਦਿਹਾੜੀ 'ਚ 2-3 ਕਾਲ 'ਤੇ ਐਵਰੇਜ ਆਉਂਦੀਆਂ, ਜਨਰਲ ਪਾਵਰ ਟਰਨੀਆਂ ਭੇਜਤੀਆਂ ਪਲੋਟ ਵੇਚਣ ਦੀਆਂ, ਉਹਨੀ ਵੇਚਤੇ, ਹੁਣ ਉਹ ਪੈਸੇ ਨਹੀਂ ਦਿੰਦੇ, ਪਰ ਕਾਨੂੰਨ ਉੱਥੇ ਕੀ ਕਰੂ? ਤੁਸੀਂ ਤਾਂ ਉਹਦੇ ਹੱਥ ਵੜਾਏ, ਤੁਸੀਂ ਤਾਂ ਉਹਨੂੰ ਆਪ ਜਾਂਚ ਦਿੱਤੀ ਮੇਰੇ ਵੇਚਦੇ ਪੈਸੇ, ਰਾਈਟ? ਉਹਦੇ ਬਾਰੇ 2-4 ਵਾਰੀ ਸੋਚੋ। ਜਿਹੜਾ ਨਿਊ ਸਲਿਊਸ਼ਨ NRI ਦਾ, ਜਿਹੜਾ ਇਹਦੇ 'ਤੇ ਜਿਹੜੀ ਸਾਡਾ ਅਸੀਂ ਫੋਕਸ ਰੱਖਦੇ ਹਾਂ ਜੀ, ਮੈਂ ਬਹੁਤ ਸਾਫ਼ ਲਫ਼ਜ਼ਾਂ 'ਚ ਦੱਸ ਦੇਣਾ ਚਾਹੁੰਦਾ, ਜੇ ਅਸੀਂ ਤੁਹਾਡੀ ਕੋਈ ਜਾਇਦਾਦ ਵੇਚਦੇ ਹਾਂ ਕਿਸੇ ਰੀਜ਼ਨ, ਬਿਮਾਰੀ ਕਾਰਨ ਜਾਂ ਕਿਸੇ ਕਾਰਨ ਤੁਸੀਂ ਇੰਡੀਆ ਨਹੀਂ ਜਾ ਸਕਦੇ, ਸਾਡੀ ਹਰ ਸੰਭਵ ਕੋਸ਼ਿਸ਼ ਹੁੰਦੀ ਆ, ਤੁਸੀਂ ਖੁਦ ਜਾ ਕੇ ਰਜਿਸਟਰੀ ਕਰੋ ਅਤੇ ਤੁਹਾਡੇ ਸਾਡੇ ਬੰਦੇ ਨਾਲ ਹੋ ਕੇ ਤੁਹਾਡੇ ਅਕਾਊਂਟਾਂ 'ਚ ਪੈਸੇ ਰਖਾ ਦੇਣਗੇ ਜੀ। ਪਰ ਜੇ ਕਿਸੇ ਕਾਰਨ ਤੁਸੀਂ ਨਹੀਂ ਜਾ ਸਕਦੇ, ਅਸੀਂ ਤੁਹਾਡੀ ਜਾਇਦਾਦ ਦਾ ਸੌਦਾ ਕਰਵਾ ਤਾ, ਆਪਾਂ ਤੁਸੀਂ ਕਿਤੇ ਵੀ ਬੈਠੇ ਹਾਂ, ਤੁਸੀਂ ਆਪਣੇ ਸ਼ਹਿਰ ਟੋਰਾਂਟੋ ਬੈਠੇ ਹੋ, ਤੁਸੀਂ ਆਪਣਾ ਇੱਥੇ $500 ਦੇ ਕੇ ਇੱਕ ਲੋਇਰ ਕਰ ਲਿਓ, ਸਾਡਾ ਲੋਇਰ ਇੱਥੇ ਹੋਏਗਾ, ਆਪਣਾ ਆਪਸ ਵਿੱਚ ਹੀ ਇੱਕ ਸੰਧੀ ਹੋਏਗੀ, ਐਗਰੀਮੈਂਟ ਹੋਏਗਾ, ਇਕੱਲੀ ਇਕੱਲੀ ਲਾਈਨ ਲਿਖੀ ਗਈ ਹੋਊਗੀ ਜਿਹਦੇ 'ਤੇ ਵੀ ਇੰਨਾ ਪੈਸਾ ਆ, ਇੰਨੀ ਤਰੀਕ ਤੱਕ ਰਜਿਸਟਰੀ ਹੋਣ ਤੋਂ ਇੰਨੇ ਦਿਨਾਂ ਦੇ ਵਿੱਚ ਤੁਹਾਡੇ ਅਕਾਊਂਟ ਦੇ ਵਿੱਚ ਰੱਖਣਾ ਸੁੱਖੀ ਬਾਠ ਦੀ ਜ਼ਿੰਮੇਵਾਰੀ ਹੈ। ਪੁਰਾਣੇ ਦਿਨਾਂ ਦੇ ਵਿੱਚ ਇਹਨੂੰ ਕਹਿੰਦੇ ਸੀ ਕਿ ਆਮ ਪਾਵਰ ਟਰਨੀ ਜਾਂ ਮੁਖਤਿਆਰਨਾਮਾ ਜਾਂ ਖਾਸ, ਹੁਣ ਅਸੀਂ ਕਹਿੰਦੇ ਹਾਂ ਸਪੈਸ਼ਲ ਜਾਂ ਜਰਨਲ ਜੀ ਜੀ। ਸੋ ਪਹਿਲੀ ਗੱਲ ਹੈ, ਜਨਰਲ ਪਾਵਰ ਟਰਨੀ ਦੇਣ ਦੀ ਕੋਈ ਕੋਈ ਨਹੀਂ ਬਣਦਾ ਹੈਗਾ ਨਾ। ਦੂਸਰੀ ਆ ਜਿਹੜਾ ਖਾਸ ਦੇਣਾ ਤੁਸੀਂ ਸਪੈਸ਼ਲ, ਉਹਦੇ ਵਿੱਚ ਉਸ ਪਰਟੀਕੁਲਰ ਜਗ੍ਹਾ ਦੇ ਨੰਬਰ ਪਾ ਕੇ, ਅਮਾਊਂਟ ਪਾ ਕੇ, ਉਹਦੀ ਐਕਸਪਾਇਰੀ ਡੇਟ ਲਿਖਣੀ ਨੇ ਭੁੱਲਣੀ ਵੀ ਇੰਨੀ ਨੂੰ ਇਹ ਪਾਵਰ ਟਰਨੀ ਖਤਮ ਹੋ ਜਾਣੀ ਆ, ਅਤੇ ਉਹਦੇ ਪੈਸੇ ਆਉਣ ਦੀ ਡੇਟ ਦੇ ਨਾਲ ਅਕਾਊਂਟ ਨੰਬਰ ਆਪਣਾ ਪਾਓ ਜਿਹਦੇ ਵਿੱਚ ਪੈਸੇ ਰੱਖਣ ਦੀ ਸੁੱਖੀ ਬਾੜ ਨੇ ਜ਼ਿੰਮੇਵਾਰੀ ਲਈ ਜਾਂ ਦਵਿੰਦਰ ਨੇ ਲਈ ਆ ਜੀ ਜੀ। ਸੋ ਉਹਨੂੰ ਕੰਪਲੀਟ ਕਰੋ, ਉਹਦੇ ਬੜੇ ਚਾਂਸਸ ਨੇ ਫਿਰ ਤੁਹਾਡੇ ਹੱਕ 'ਚ ਬਹੁਤ ਕੁਛ ਹੋ ਸਕਦਾ ਜੇ ਕੁਛ ਗਲਤ ਹੋ ਜੇ ਤਾਂ ਜੀ ਜੀ, ਰਾਈਟ? ਤਾਂ ਫਿਰ ਜਿਹੜੀਆਂ ਇਹ ਪਾਵਰ ਟਰਨੀਆਂ ਨੇ ਇਹ ਰਜਿਸਟਰ ਹੋਣੀਆਂ, ਥੋੜ੍ਹੀ ਜਨਰਲ ਨੌਲੇਜ 'ਚ ਮੈਂ ਗੱਲ ਕਰ ਦਿੰਦਾ ਜੀ ਜੀ, ਤੁਸੀਂ ਆਪਣੇ ਵਕੀਲ ਤੋਂ ਬਣਾਉਂਦੇ ਹੋ,
ਸਾਡੇ ਬੀਸੀ ਦੇ ਵਿੱਚ ਵਿਕਟੋਰੀਆ ਜਾਂਦੀਆਂ ਨੇ ਉਹ ਉਹ ਲਾਇਰ ਨੂੰ ਸਰਟੀਫਾਈ ਕਰਦੇ ਨੇ ਵੀ ਲਾਇਰ ਜੈਨੂਅਨ ਆ, ਗਲਤ ਨਹੀਂ, ਪਾਵਰ ਅਟਾਰਨੀ ਬਣਾਓ। ਫਿਰ ਉਹ ਪਾਵਰ ਅਟਾਰਨੀ ਲੈ ਕੇ ਆਪਾਂ ਕੌਂਸਲ ਜਨਰਲ ਦੇ ਜਾਣਾ ਹੈ, ਉੱਥੋਂ ਸਟੈਂਪ ਉਹਨਾਂ ਦੀ ਲਵਾ ਕੇ ਰਜਿਸਟਰ ਕਰਾ ਕੇ ਉਹ ਫਾਈਲ ਨੰਬਰ ਦਿੰਦੇ ਨੇ। ਫਿਰ ਇਹ ਪਾਵਰ ਅਟਾਰਨੀ ਆਪਾਂ ਜਿਹੜੇ ਵੀ ਜ਼ਿਲ੍ਹੇ ਦੀ ਤੁਹਾਡੀ ਜਾਇਦਾਦ ਆ ਉਹ ਜ਼ਿਲ੍ਹੇ ਦੇ ਕਮਿਸ਼ਨਰ ਤੋਂ ਟੈਸਟ ਕਰਾਉਣੀ ਆ। ਇਹ ਜ਼ਰੂਰੀ ਹੈ ਟੈਸਟ ਹੋ, ਜੇ ਇੰਡੀਆ ਜਾ ਕੇ ਟੈਸਟ ਨਹੀਂ ਹੋਈ ਤਾਂ ਉਹ ਪਾਵਰ ਅਟਾਰਨੀ ਵੈਲਿਡ ਨਹੀਂ ਹੈ ਜੀ। ਸੋ ਬਾਟ ਸਾਹਿਬ, ਮੈਂ ਵੇਖ ਰਿਹਾ ਕਿ ਸਮਾਂ ਲਗਭਗ ਸਮਾਪਤ ਹੋ ਗਿਆ, ਤੁਸੀਂ ਬਹੁਤ ਪੁਖਤਾ ਜਾਣਕਾਰੀ ਦਿੱਤੀ ਹੈ, ਮੈਨੂੰ ਲੱਗਦਾ ਅੱਧੇ ਬੰਦਿਆਂ ਦੀ ਸਿਰਦਰਦੀ ਦੂਰ ਹੋ ਗਈ ਹੋਣੀ ਹੈ, ਆਈ ਹੋਪ ਸੋ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਫਿਰ ਵੀ ਕਰਦੇ ਰਹਾਂਗੇ। ਤੁਹਾਡਾ ਤਹਿ ਦਿਲੋਂ ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਡੈਫਨਲੀ ਦਵਿੰਦਰ, ਥੈਂਕ ਯੂ ਤੁਹਾਡਾ ਵੀ ਅਤੇ ਸਾਂਝਾ ਟੀਵੀ ਦਾ, ਅਤੇ ਆਲਵੇਜ਼ ਆਪਾਂ ਸ਼ੇਅਰ ਕਰਦੇ ਰਹਿੰਦੇ ਹਾਂ। ਹੋਰ ਜਾਣਕਾਰੀ ਲਈ 604-580-1000 'ਤੇ ਫੋਨ ਕਰ ਲਓ। ਜ਼ਿੰਦਗੀ ਜ਼ਿੰਦਾਬਾਦ। ਧੰਨਵਾਦ ਜੀ। ਦੋਸਤੋ, ਇਹ ਸਨ ਸੁਖੀ ਬਾਟ, ਜਿਨ੍ਹਾਂ ਨੇ ਨਿਊ ਸੋਲਿਊਸ਼ਨ ਫੋਰ NRIs ਦੇ ਮੁਤਲਕ ਜਾਣਕਾਰੀ ਸਾਂਝੀ ਕੀਤੀ ਹੈ। ਇਹਨਾਂ ਦੇ ਸਕਰੀਨ ਦੇ ਉੱਤੇ ਇਸ ਵਕਤ ਨੰਬਰ ਡਿਸਪਲੇ ਕੀਤੇ ਜਾ ਰਹੇ ਨੇ। ਤੁਸੀਂ ਈਮੇਲ ਕਰਨੀ ਚਾਹੁੰਦੇ ਹੋ, ਤੁਸੀਂ ਫੋਨ ਰਾਹੀਂ ਸੰਪਰਕ ਕਰਨਾ ਚਾਹੁੰਦੇ ਹੋ, ਤੁਹਾਡੀ ਜਾਇਦਾਦ ਨਾਲ ਸੰਬੰਧਿਤ ਕੋਈ ਵੀ ਸਮੱਸਿਆ, ਕੋਈ ਜਾਣਕਾਰੀ ਲੈਣੀ ਚਾਹੁੰਦੇ ਹੋ, ਇਹਨਾਂ ਨੰਬਰਾਂ ਦੇ ਉੱਤੇ ਸੰਪਰਕ ਕਰ ਸਕਦੇ ਹੋ। ਉਮੀਦ ਹੈ ਕਿ ਤੁਹਾਡੇ ਵਾਸਤੇ ਇਹ ਜਾਣਕਾਰੀ ਲਾਹੇਵੰਦ ਸਾਬਤ ਹੋਵੇਗੀ। ਹੁਣ ਸਮਾਂ ਸਮਾਪਤ ਹੈ, ਜਾਣ ਤੋਂ ਪਹਿਲਾਂ ਕਹਾਂਗਾ, ਜ਼ਿੰਦਗੀ ਜਿੰਦਾਦਰੀ ਦਾ ਨਾਮ ਹੈ। ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ, ਸਤਿ ਸ਼੍ਰੀ ਅਕਾਲ ਤੇ ਰੱਬ ਰਾਖਾ। ਤੁਸੀਂ ਦੇਖਦੇ ਰਹੋ ਸਾਂਝਾ ਟੀਵੀ।